ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਅੱਜ ਆਪਾਂ ਫਿਰ ਜਾਣਾਂਗੇ ਪੰਨੂ ਸਾਹਿਬ ਕੋਲੋਂ ਅਲੱਗ ਅਲੱਗ ਖਬਰਾਂ ਅਤੇ ਉਹਨਾਂ ਖਬਰਾਂ ਪਿੱਛੇ ਸੱਚ ਕੀ ਆ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਜੀ ਸ਼ੁਕਰੀਆ ਪੰਨੂ ਸਾਹਿਬ। ਸਭ ਤੋਂ ਪਹਿਲਾਂ ਸਵਾਲ ਮੈਂ ਕਰਨਾ ਚਾਹੁੰਦਾ ਕਿ 20-19 ਦੀਆਂ ਇਲੈਕਸ਼ਨਾਂ ਨੇ, ਇਸ ਕਰਕੇ ਹਰੇਕ ਤਰ੍ਹਾਂ ਦੀ ਕਹਿ ਲਓ ਕਿ ਗੱਠਜੋੜ ਦੀ ਸੰਭਾਵਨਾ ਬਣਨ ਦੀਆਂ ਕਨਸੂਆਂ ਵੀ ਨੇ, ਪਰ ਉਹਦੇ 'ਤੇ ਇੱਕ ਵੱਖਰੀ ਤਰ੍ਹਾਂ ਦਾ ਵਿਰਾਮ ਸੀਨੀਅਰ ਲੀਡਰ ਨੇ HD ਦੇਵਗੌੜਾ ਉਹਨਾਂ ਨੇ ਲਾ ਦਿੱਤਾ। ਉਹ ਕਹਿੰਦੇ ਕਿ ਤੀਸਰਾ ਮੋਰਚਾ ਜਿਹੜਾ ਸੋਚਿਆ ਜਾ ਰਿਹਾ ਉਹ ਨਹੀਂ ਬਣੂਗਾ 20-19 ਦੀਆਂ ਇਲੈਕਸ਼ਨਾਂ 'ਚ। ਹਾਂ, ਇਹ ਜ਼ਰੂਰ ਹੈ ਕਿ ਅਲੱਗ ਅਲੱਗ ਰਾਜਾਂ ਦੇ ਵਿੱਚ ਅਲੱਗ ਅਲੱਗ ਛੋਟੇ ਛੋਟੇ ਗੱਠਜੋੜ ਬਣ ਸਕਦੇ ਆ, ਇਹਦਾ ਆਧਾਰ ਕੀ ਮੰਨਦੇ ਹੋ ਤੁਸੀਂ ਅਤੇ ਸੱਚਾਈ ਕਿੰਨੀ ਕੁ ਲੱਗਦੀ? ਗੁਰਪ੍ਰੀਤ ਜੀ, ਅਜੇ ਤਾਂ ਇਸ ਗੱਲ ਬਾਰੇ ਵੀ ਕੋਈ ਯਕੀਨ ਨਹੀਂ ਕਿ ਚੋਣਾਂ 2019 ਤੱਕ ਜਾਣਗੀਆਂ ਜੀ। ਜੇ 2019 'ਚ ਜਾ ਕੇ ਚੋਣਾਂ ਹੋਣ ਅਤੇ ਮਈ ਵਿੱਚ ਨਤੀਜੇ ਆਉਣੇ ਚਾਹੀਦੇ ਆ, ਅਤੇ 2 ਮਹੀਨੇ ਪਹਿਲਾਂ ਇਹਦਾ ਮਤਲਬ ਮਾਰਚ ਵਿੱਚ ਵੋਟਾਂ ਪੈਣੀਆਂ ਸ਼ੁਰੂ ਹੋਣੀਆਂ, ਕਿਸੇ ਰਾਜ ਵਿੱਚ ਮਾਰਚ ਵਿੱਚ, ਕਿਸੇ 'ਚ ਅਪ੍ਰੈਲ 'ਚ ਅਤੇ ਕਿਸੇ ਵਿੱਚ ਮਈ 'ਚ ਜਾ ਕੇ ਪੈਣਗੀਆਂ ਜੀ। ਫਰਵਰੀ ਤੋਂ ਚੋਣ ਪ੍ਰਚਾਰ ਸ਼ੁਰੂ ਹੋਏ ਨਾ ਸਾਡੇ ਪੰਜਾਬ ਵਿੱਚ, ਤਾਂ ਫਰਵਰੀ ਤੋਂ ਹੀ ਗਿਣੀ ਆ। ਜੂਨ ਲੰਘ ਗਿਆ, ਹੁਣ 6 ਮਹੀਨੇ ਇਹਦੇ 'ਤੇ, 2 ਅੱਧੇ ਉਹਦੇ ਲਾ ਲਓ, 7-8 ਮਹੀਨੇ ਬਾਕੀ ਆ ਜੀ। ਇਹਦਾ ਕਰਕੇ ਹਰ ਪਾਰਟੀ ਇਸ ਵੇਲੇ ਚੋਣਾਂ 'ਤੇ ਅੱਖ ਰੱਖ ਕੇ ਤੁਰਦੀ ਜਾਂਦੀ ਹੈ, ਕਿਉਂਕਿ ਸਾਡਾ ਸਮਾਂ ਬਹੁਤ ਥੋੜ੍ਹਾ ਰਹਿ ਗਿਆ। ਦੇਵਗੌੜਾ ਸਾਹਿਬ ਵੀ ਪਹਿਲਾਂ ਕਹਿ ਚੁੱਕੇ ਆ ਕਿ ਚੋਣਾਂ 2019 ਦੇ ਬਜਾਏ 2018 'ਚ ਨਵੰਬਰ ਦਸੰਬਰ 'ਚ ਆ ਸਕਦੀਆਂ ਜੀ। ਦੂਸਰੀ ਗੱਲ ਇਹ ਕਿ ਗੱਠਜੋੜ ਫਿਰ ਕਿੱਦਾਂ ਦੇ ਬਣਨਗੇ। ਦੇਵਗੌੜਾ ਇਸ ਮਾਮਲੇ 'ਚ ਖੁੱਲ੍ਹ ਕੇ ਬੋਲਿਆ, ਉਹਨੇ ਕਿਹਾ ਜੀ ਸਾਡੇ ਕਰਨਾਟਕਾ ਵਿੱਚ ਤਾਂ ਸਾਡਾ ਅਤੇ ਕਾਂਗਰਸ ਪਾਰਟੀ ਦਾ ਗੱਠਜੋੜ ਬਣ ਜਾਏਗਾ, ਪਰ ਉਹ ਗੱਠਜੋੜ ਮੈਂ ਨਹੀਂ ਬਣਾਉਣਾ, ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਨਹੀਂ ਬਣਾਉਣਾ, ਇਹ ਬਣੇਗਾ ਮੁੱਖ ਮੰਤਰੀ ਕੁਮਾਰ ਸਵਾਮੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਹਿ ਕੇ ਬਣਾਉਣਗੇ ਜੀ। ਇਹ ਮੈਂ ਸਿੱਧਾਰਮਈਆ ਜਿਹੜਾ ਵਿੱਚ ਐਵੇਂ ਲੱਤ ਜਿਹੀ ਉਡਾਉਂਦਾ ਫਿਰਦਾ, ਉਹਨੂੰ ਤਾਂ ਪਾਸੇ ਕੱਢਤਾ। ਦੂਸਰਾ ਉਹਨੇ ਇਹ ਕਹਿਤਾ ਕਿ ਮੈਂ ਇਹ ਤੈਅ ਕਰੀ ਬੈਠਾ ਕਿ ਅੱਗੇ ਤੋਂ ਫਰੰਟ ਥੋੜ੍ਹਾ ਜਿਹਾ ਮੋਕਲਾ ਕਰਨ ਵਾਸਤੇ ਕਾਂਗਰਸ ਅਤੇ ਜਨਤਾ ਦਲ ਐਸ ਦੇ ਇਸ ਫਰੰਟ ਦੇ ਵਿੱਚ 1 ਸੀਟ ਅਸੀਂ ਉਹਨਾਂ ਨੂੰ ਦੇ ਦੇਣੀ ਆ, ਬਹੁਜਨ ਸਮਾਜ ਪਾਰਟੀ ਨੂੰ, ਅਤੇ ਉਹਦੇ ਬਦਲੇ 'ਚ ਅਸੀਂ ਆਪਣੇ ਦਾਨਿਸ਼ ਅਲੀ ਵਾਸਤੇ ਉੱਤਰ ਪ੍ਰਦੇਸ਼ ਦੀ 1 ਸੀਟ ਮੰਗ ਲੈਣੀ ਹੈ, ਤਾਂ ਕਿ ਉਹਨਾਂ ਦੀ ਜੜ ਇੱਥੇ ਲੱਗ ਜਾਏ ਅਤੇ ਸਾਡੀ ਜੜ ਉੱਥੇ ਲੱਗ ਜਾਏ। ਉਹਨੇ ਇਹ ਵੀ ਕਿਹਾ ਕਿ ਲੈਫਟ ਫਰੰਟ ਵਾਲਿਆਂ ਨੂੰ 1 ਸੀਟ ਸ਼ਾਇਦ ਅਸੀਂ ਇੱਥੇ ਕਰਨਾਟਕਾ 'ਚ ਛੱਡ ਦਈਏ ਜੀ, ਅਤੇ ਉਹਦੇ ਬਦਲੇ 'ਚ ਅੱਗੇ ਵੀ ਸਾਡਾ ਬੰਦਾ ਉੱਥੋਂ ਕੇਰਲਾ 'ਚੋਂ ਜਿੱਤਦਾ ਰਿਹਾ, ਅਸੀਂ ਫਿਰ ਆਖੀਏ ਕਿ 1 ਸੀਟ ਕੇਰਲਾ 'ਚ ਸਾਨੂੰ ਦੇ ਦਿਓ, ਅਸੀਂ ਸਾਰਾ ਜ਼ੋਰ ਲਵਾਂਗੇ। ਇਹ ਉਹਨੇ ਆਪਣੀ ਪਾਰਟੀ ਦਾ ਅਤੇ ਕਾਂਗਰਸ ਦੇ ਸੰਬੰਧਾਂ ਦਾ ਲੇਖਾ ਜੋਖਾ ਪੇਸ਼ ਕੀਤਾ ਜੀ। ਪਰ ਜੇ ਇੱਥੇ 1 ਸੀਟ ਉਹ ਛੱਡ ਵੀ ਦੇਵੇ ਲੈਫਟ ਵਾਸਤੇ, ਜਦੋਂ ਉਹਨੇ ਕੇਰਲਾ ਵਿੱਚ ਜਾਣਾ, ਕੇਰਲਾ ਵਿੱਚ ਜੇ ਲੈਫਟ ਕੋਲੋਂ ਸੀਟ ਉਹਨੇ ਛਡਾਈ, ਖੱਬੇ ਪੱਖੀਆਂ ਤੋਂ ਛਡਾਈ, ਤਾਂ ਕਾਂਗਰਸ ਵਿਰੋਧ ਕਰੇਗੀ, ਕਿਉਂਕਿ ਮੁਕਾਬਲਾ ਹੀ ਕਾਂਗਰਸ ਅਤੇ ਖੱਬੇ ਪੱਖੀਆਂ ਦਾ ਹੋਣਾ ਜੀ। ਤੀਸਰੀ ਧਿਰ ਭਾਰਤੀ ਜਨਤਾ ਪਾਰਟੀ ਆ, ਉਸ ਮੁਕਾਬਲੇ 'ਚ ਉਹਨੂੰ ਉੱਥੇ ਜਾ ਕੇ ਦੇਵਗੌੜਾ ਸਾਹਿਬ ਨੂੰ ਕਾਂਗਰਸ ਦੇ ਜਾਂ ਦੂਜਿਆਂ ਦੇ ਖਿਲਾਫ਼ ਬੋਲਣਾ ਪੈ ਸਕਦਾ। ਇੱਧਰ ਆ ਜਾਂਦਾ ਉੱਤਰ ਪ੍ਰਦੇਸ਼ ਜੀ। ਪਹਿਲਾਂ ਤਾਂ ਇਹ ਜਿਹੜੇ ਭੂਆ ਪਤੀ ਜਾਗਣੇ ਜਾਂਦੇ ਆ, ਬੀਬੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦਾ ਮੁਖੀ ਅਖਿਲੇਸ਼ ਸਿੰਘ ਯਾਦਵ, ਇਹ ਦੋਵੇਂ ਇੱਕ ਦੂਜੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸੀ ਜੀ। ਪਿਛਲੀਆਂ ਪਾਰਲੀਮੈਂਟ ਚੋਣਾਂ 'ਚ ਦੋਵਾਂ ਨੇ ਕੁੱਟ ਖਾਧੀ, ਫਿਰ ਕਹਿੰਦੇ ਸੀ ਕੋਈ ਨਹੀਂ ਅਸੈਂਬਲੀ 'ਚ ਲੱਗ ਜੂ ਪਤਾ, ਅਤੇ ਪਤਾ ਸੱਚਮੁੱਚ ਹੀ ਲੱਗ ਗਿਆ ਕਿ ਅਸੈਂਬਲੀ ਵਿੱਚ ਦੋਵਾਂ ਦੇ ਪੱਲੇ ਕੱਖ ਨਹੀਂ ਪਿਆ, ਅਤੇ ਨਰਿੰਦਰ ਮੋਦੀ ਸਾਰਾ ਮਾਂਜਾ ਮਾਰ ਕੇ ਲੈ ਗਿਆ ਜੀ। ਉਹਦੇ ਬਾਅਦ ਇਹਨਾਂ ਨੂੰ ਅਕਲ ਆਈ ਅਤੇ ਇਕੱਠੇ ਹੋਏ, ਅਤੇ ਨਤੀਜੇ ਵਜੋਂ ਜਿੰਨੀਆਂ ਵੀ ਉਪ ਚੋਣਾਂ ਹੋਈਆਂ, ਉਹਨਾਂ ਸਾਰੀਆਂ ਉਪ ਚੋਣਾਂ ਦੇ ਵਿੱਚ ਇਹਨਾਂ ਦਾ ਗੱਠਜੋੜ ਜਿੱਤਦਾ ਗਿਆ, ਅਤੇ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਹਾਰਦੀ ਗਈ, ਅਤੇ ਹੁਣ ਇਹਨੇ ਭਰੋਸੇ 'ਚ ਨੇ ਕਿ ਆਪਾਂ ਪਾਰਲੀਮੈਂਟ ਚੋਣਾਂ 'ਚ ਗੱਠਜੋੜ ਕਰਨਾ ਹੀ ਪੈਣਾ। ਅਖਿਲੇਸ਼ ਸਿੰਘ ਕਹਿੰਦਾ ਅਸੀਂ ਵੱਧ ਸੀਟਾਂ ਲੈਣੀਆਂ, ਬੀਬੀ ਕਹਿੰਦੀ ਅਸੀਂ ਵੱਧ ਲੈਣੀਆਂ, ਦੇਵਗੌੜਾ ਨੇ ਕਹਿਤਾ ਜੀ ਕੋਈ ਵੱਧ ਨਹੀਂ ਕੋਈ ਘੱਟ ਨਹੀਂ, ਐਵੇਂ ਕਹਿੰਦੇ ਆ। ਅਸਲ ਵਿੱਚ ਲਗਭਗ ਤੈਅ ਆ ਕਿ ਦੋਵੇਂ ਤਰ੍ਹਾਂ 40-40 ਸੀਟਾਂ ਲੜਨਗੀਆਂ ਜੇ ਉੱਥੋਂ ਦੀ ਗੱਲ ਇਹਨੇ ਦੱਸ ਦਿੱਤੀ ਹੈ, ਅਤੇ ਬਾਕੀ ਥਾਵਾਂ ਬਾਰੇ ਵੀ ਬਹੁਤਾ ਓਲਾ ਨਹੀਂ। ਇਹ ਕਹਿੰਦਾ ਜੇ ਸਮੁੱਚੇ ਦੇਸ਼ ਦੇ ਪੱਧਰ 'ਤੇ ਸਮਝੌਤਾ ਕਰੀਏ, ਅਤੇ ਦੇਸ਼ ਦੇ ਪੱਧਰ 'ਤੇ ਸਮਝੌਤਾ ਜਿਹੜਾ ਪੱਛਮੀ ਬੰਗਾਲ 'ਚ ਨਹੀਂ ਹੋ ਸਕਦਾ ਜੀ, ਉੱਥੇ ਤ੍ਰਿਣਮੂਲ ਕਾਂਗਰਸ ਅਤੇ ਖੱਬੇ ਪੱਖੀ ਇਕੱਠੇ ਨਹੀਂ ਹੋ ਸਕਦੇ, ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਇਕੱਠੇ ਨਹੀਂ ਹੋ ਸਕਦੇ, ਜਦੋਂ ਸਾਰੇ ਇਕੱਠੇ ਨਾ ਹੋਏ ਤਾਂ ਨਤੀਜਾ ਕੀ ਨਿਕਲੇਗਾ। ਇਸ ਕਰਕੇ ਉੱਥੋਂ ਦੇ ਗੱਠਜੋੜ ਵੱਖਰੇ ਬਣਦੇ। ਬਿਹਾਰ ਵਿੱਚ ਗੱਠਜੋੜ ਵੱਖਰਾ ਹੋ ਸਕਦਾ ਜੀ, ਇੱਕ ਪਾਸੇ ਭਾਜਪਾ
दूजे पासे लालू प्रसाद यादव कांग्रेस जनता दल एस वगैरह सारे रल जाएंगे, इन्हों का गठजोड़ होगा। नीतीश कुमार अजे तक अध विचाले है, भाजपा उन्होंने एक पास्यों खूंजे लाई जाती है, दूसरे पास्यों लालू प्रसाद तो कांग्रेस उन्होंने लागे लाने तैयार ने, अध विचाले रुलता फिरदा जी, वह अजे कोई नहीं पता की मानना। इदा ही देवगौड़ा साफ कहना कि बाकी थावां दे उत्ते भी कोई पक्का गठजोड़ नहीं बनना। हुण मिसाल दे तौर पर दिल्ली दे विच केजरीवाल साहब ने, वो पहलां तो कहिंदे सी मैं किसी नाल गल ही नहीं करनी, हुण अंदर खाते गल चलाउंदे पए आ, ते वो गल चलदी पई आ तृणमूल कांग्रेस दे नाल कि एक सीट तुहानूं छड्ड दिंदे आ, जनता दल एस वाले देवगौड़ा नाल कि एक सीट तुहानूं छड्ड दिंदे आ, ते तुसीं बाकी सीटां दे उत्ते साडी मदद कर दिओ। सत्त सीटां ने दोवां नूं एक एक छड्ड के ते पंज सीटां ते ओह मदद लवे ते फायदा उहदा हुंदा। कांग्रेस पार्टी इदां होण दो कि ना होण दो, देवगौड़ा नूं आखूगी कि बाकी थावां ते साडा तेरा समझौता ते इत्थे वी रख जी, वह देवगौड़ा नूं आखण दे नाल हो सकदा तृणमूल कांग्रेस वाले बीबी तक भी पहुँच करे। केजरीवाल थोड़ा जापे दा नाम ढिल्ला पिया, पंजाब विच केजरीवाल आख भी दवे ते हाल दी घड़ी इहो जिहे हालात है नहीं कि आम आदमी पार्टी ते कांग्रेस पार्टी इकट्ठियां होण जी, जे दोवें तरह इकट्ठियां होणगियां ते कैप्टन अमरिंदर सिंह ते सुखपाल सिंह खहरा इक्को स्टेज दे उत्ते जाके किद्दां बोलणगे, ये बड़ा ही औखा होना। बिल्कुल सही, तो फिर उत्थे ही आके जो राणा गुरजीत सिंह बैठ गया तो फिर स्टेज के उत्ते भाषण सुखपाल खहरा करेगा कि राणा गुरजीत सिंह करेगा, ये होगा उही गल जिहड़ी देवगौड़ा साहब ने आखी है कि सारे सूबियां दे विच सूबा पद्धर दे गठजोड़ बनणगे जी, उन्हां चों किसे थां तों कुछ जित गया किसे थां तों कुछ जित गया, केंद्र विच आ के जे हो सकदा है तो सारे ही इकट्ठे होकर आपो च ते एक खड़े पैर मोर्चा बना के तो भारतीय जनता पार्टी का मुकाबला करन दा प्रबंध कर सकदे आ। पर जे कोई आख्या जावे प्री पोल अलायंस भी चोणां होण तों पहलां ही इह पक्का एक गंढ चितरावा कर लो एक गठजोड़ जिहड़ा बना के ते सांझी बरात तोरो, ये ना हो सकदी आ ना इहदी आस रखणी चाहीदी आ, ये गल सारियां तरहां नूं पता है। बिल्कुल सही, वैसे तो यह पोस्ट इलैक्शन अलायंस की रीत तो हम भाजपा ने काफ़ी थावान पाती ना, हाँ जम्मू कश्मीर च भी सी गोवा च भी कर ली, पर कांग्रेस नूं अगला दूजे करन ते मनदी नहीं। बिल्कुल सही गल, सो जिवें डिटेल दसी आपू पन्नू साहब ने, हुण देखो कि वी सोनी दे विच किहड़ा सियासी आगू की उत्थे आपां नूं गिणतियां मिणतियां दसदा। वेला एक ब्रेक का, ब्रेक तो बाद आपां फिर मिलते हैं, देखते रहना प्राइम एशिया टीवी। ब्रेक तो बाद एक बार फिर तुहाडा सारां दा स्वागत है जी प्रोग्राम प्राइम डिस्कशन दे विच। ਪਨੂੰ ਸਾਹਿਬ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਜਿਹੜੀ ਕਿ ਵਰਲਡ ਲੈਵਲ ਦੀ ਹੈ, ਉਹਨੇ ਹੁਣ ਗ੍ਰੇ ਲਿਸਟ ਦੇ ਵਿੱਚ ਪਾਇਆ ਪਾਕਿਸਤਾਨ ਨੂੰ, ਕੁਝ ਕੁ ਉਹਨਾਂ ਨੂੰ ਲੱਗਿਆ ਕਿ ਸੰਬੰਧ ਕਿਸੇ ਹੋਰ ਪਾਸੇ ਚੱਲਦੇ ਆ। ਇੱਕ ਪਾਸੇ ਉਸ ਮੁਲਕ ਦੇ ਵਿੱਚ ਇਲੈਕਸ਼ਨਾਂ ਚੱਲਦੀਆਂ ਪਈਆਂ ਅਤੇ ਦੂਸਰੇ ਪਾਸੇ ਇਹੋ ਜਿਹੀ ਲਿਸਟ ਦੇ ਵਿੱਚ ਉਸ ਮੁਲਕ ਦਾ ਨਾਂ ਪੈ ਜਾਣਾ, ਕਿਵੇਂ ਦੇਖਦੇ ਹੋ ਹਾਲਾਤਾਂ ਨੂੰ? ਐਨ ਉਸ ਮੌਕੇ 'ਤੇ ਜਦੋਂ ਪਾਕਿਸਤਾਨ ਦੇ ਵਿੱਚ ਪਾਰਲੀਮੈਂਟ ਚੋਣ ਚੱਲਦੀ ਪਈ ਆ ਜੀ, ਪਾਕਿਸਤਾਨ ਨੂੰ ਅੱਗੜ ਪਿੱਛੜ ਸੱਟਾਂ ਪੈ ਰਹੀਆਂ ਨੇ। ਪਹਿਲੀ ਸੱਟ ਤਾਂ ਇਹ ਪਈ ਕਿ ਇੱਕਦਮ ਇਹਨਾਂ ਦੀ ਕਰੰਸੀ ਦਾ ਰੇਟ ਡਿੱਗ ਪਿਆ ਜੀ। ਅਸੀਂ ਭਾਰਤ ਵਾਲੇ ਇਸ ਗੱਲ 'ਤੇ ਰੋਂਦੇ ਹਾਂ ਕਿ 67 ਤੋਂ ਟੱਪ ਗਿਆ 68 ਰੁਪਈਏ ਹੋ ਗਿਆ ਡਾਲਰ, ਸਾਡੀ ਕਰੰਸੀ ਇੰਨੀ ਕਮਜ਼ੋਰ ਆ ਕਿ ਇੱਕ ਡਾਲਰ ਦੇ ਮੁਕਾਬਲੇ 68 ਰੁਪਈਏ ਜੀ, ਅਤੇ ਪਾਕਿਸਤਾਨ ਦੀ ਕਰੰਸੀ ਅਮਰੀਕਾ ਦੇ ਇੱਕ ਡਾਲਰ ਦੇ ਮੁਕਾਬਲੇ 123-124 ਰੁਪਈਏ ਚੱਲਦੀ ਪਈ ਆ। ਉਹਨਾਂ ਦੇ ਪੱਲੇ ਕੀ ਹੋਏ, ਕਰੰਸੀ ਦੇ ਪੱਲੇ ਕੀ ਆ, ਬਹੁਤ ਬੁਰੀ ਹਾਲਤ ਹੈ। ਦੂਜਾ ਇਹ ਹੋ ਗਿਆ ਕਿ ਵਰਲਡ ਲੈਵਲ ਦੀਆਂ ਕੁਝ ਏਜੰਸੀਆਂ ਜਿਹੜੀਆਂ ਨੇ ਰੇਟਿੰਗ ਏਜੰਸੀਆਂ, ਉਹਨਾਂ ਨੇ ਪਾਕਿਸਤਾਨ ਦੀ ਰੇਟਿੰਗ ਮੁੜ ਮੁੜ ਕੇ ਇੰਨੀ ਡਿੱਗ ਦਿੱਤੀ ਹੈ ਕਿ ਦੁਨੀਆ ਭਰ 'ਚੋਂ ਕਿਤੇ ਉਹ ਕਰਜ਼ਾ ਵੀ ਲੈਣ ਜੋਗਾ ਨਹੀਂ ਰਹਿ ਗਿਆ। ਉੱਦਾਂ ਨੋਟਾਂ ਦਾ ਬੁੱਕ ਚੀਨ ਵਾਲਿਆਂ ਤੋਂ ਹੋਰ ਫੜ ਲਿਆ ਵੀ ਵੱਖਰੀ ਗੱਲ ਹੈ, ਪਰ ਜਿਹੜੇ ਅਦਾਰੇ ਇਹੋ ਜਿਹੇ ਮੌਕਿਆਂ 'ਤੇ ਸਰਕਾਰਾਂ ਨੂੰ ਕਰਜ਼ਾ ਦਿੰਦੇ ਆ, ਉਹ ਅਦਾਰੇ ਹੁਣ ਪਾਕਿਸਤਾਨ ਨੂੰ ਕਰਜ਼ਾ ਦੇਣ ਤੋਂ ਨਾ ਕਰੀ ਜਾਂਦੇ ਜੀ। ਹੁਣ ਤੀਸਰਾ ਮਾਮਲਾ ਅੱਤਵਾਦ ਦਾ, ਉਹਦੇ ਉੱਤੇ UNO ਦੇ ਸਿਕਿਉਰਿਟੀ ਕੌਂਸਲ ਵਿੱਚ ਵੀ ਹੋਰ ਅਦਾਰਿਆਂ ਵਿੱਚ ਵੀ ਮੁੜ ਮੁੜ ਕੇ ਬਹਿਸ ਹੋਈ। ਅਮਰੀਕਾ ਵਾਲਿਆਂ ਨੇ ਵੀ ਇਹ 'ਤੇ ਅਟੈਕ ਕੀਤਾ ਜਿੱਦਣ ਆ ਸਾਲ ਚੜ੍ਹਿਆ ਸੀ 2018 ਦਾ ਜੀ, ਲੋਕ ਤਾਂ ਸਵੇਰੇ ਇੱਕ ਦੂਸਰੇ ਨੂੰ ਹੈਪੀ ਬਰਥਡੇ ਵਿਸ਼ ਕਰਦੇ ਆ, ਅਤੇ ਡੋਨਲਡ ਟਰੰਪ ਨੇ ਸਵੇਰੇ ਸੁੱਤੇ ਪਏ ਉੱਠਦੇ ਆਏ ਵਾਸੀ ਲੈ ਕੇ ਲੰਮੀ ਸਾਰੀ ਆਕੜ ਭੰਨ ਕੇ ਆਖਿਆ ਸੀ ਕਿ ਪਾਕਿਸਤਾਨ ਸਾਨੂੰ ਬੇਵਕੂਫ ਬਣਾਉਂਦਾ, ਸਾਡੇ ਤੋਂ ਪੈਸੇ ਲੈਂਦਾ ਅਤੇ ਸਾਡੇ ਖਿਲਾਫ਼ ਹਕਾਨੀ ਨੈੱਟਵਰਕ ਅਤੇ ਤਾਲਿਬਾਨ ਨੂੰ ਮਜ਼ਬੂਤ ਕਰਦਾ ਸਾਡੀ ਫੌਜ 'ਤੇ ਹਮਲੇ ਕਰਨ ਵਾਸਤੇ, ਇਹਨੂੰ ਕੱਖ ਨਹੀਂ ਦੇਣਾ। ਪਾਕਿਸਤਾਨ ਵਾਲੇ ਉਦੋਂ ਹੀ ਘਬਰਾ ਗਏ ਕਿ ਸਾਲ ਚੜ੍ਹਦੇ ਸਾਰੀ ਆ ਹੋ ਗਿਆ ਜੀ। ਉਦੋਂ ਬਾਅਦ ਉਹਨਾਂ ਨੇ ਦੋ ਵਾਰੀ ਗਰਾਂਟਾਂ ਰੋਕੀਆਂ, ਇਹਨਾਂ ਜਾ ਕੇ ਤਰਲਾ ਮਾਰਿਆ, ਉਹਨਾਂ ਗਰਾਂਟਾਂ ਦੇ ਦਿੱਤੀਆਂ। ਪਰ ਆ ਦੋ ਦਿਨ ਪਹਿਲਾਂ ਸਾਡੇ ਕੋਲ ਭਾਰਤ ਵਿੱਚ ਅਮਰੀਕਾ ਦੀ
ਰਾਜਦੂਤ ਜਿਹੜੀ UNO 'ਚ ਨਿੱਕੀ ਹੈਲੀ ਜੀ ਉਹ ਆਈ ਸੀ, ਉਹਨੇ ਇੱਥੇ ਆ ਕੇ ਵੀ ਆਖਿਆ ਕਿ ਪਾਕਿਸਤਾਨ ਜਿਹੜੀ ਦੋ ਰੰਗੀ ਖੇਡ ਖੇਡਦਾ ਪਿਆ ਉਹ ਨਹੀਂ ਅਸੀਂ ਖੇਡਣ ਦੇਣੀ, ਇਹ ਅੱਤਵਾਦੀਆਂ ਦੀ ਪਨਾਹਗਾਹ ਬਣਿਆ, ਵੱਡੀ ਠਾਰ ਬਣਿਆ ਪਿਆ, ਇਹ ਠਾਰ ਖਤਮ ਕਰਨੀ ਪਊ। ਹੁਣ ਸਾਰੇ ਮੁੜ ਮੁੜ ਕੇ ਉਹਨੂੰ ਪੈ ਰਹੇ ਨੇ ਜੀ। ਅਖੀਰਲੀ ਸੱਟ ਹੈ ਜਿਹੜੀ ਹੁਣ ਵੱਜੀ ਹੈ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਜਿਹੜੀ ਹੈ ਵਰਲਡ ਲੈਵਲ ਦੀ ਹੈ, ਇਹ ਜਦੋਂ ਬਣੀ ਕਈ ਸਾਲ ਪਹਿਲਾਂ ਇਹਦੇ ਚਾਰਟਰ ਵਿੱਚ ਲਿਖਿਆ ਗਿਆ ਸੀ ਕਿ ਦੁਨੀਆ ਭਰ ਦੀਆਂ ਸਰਕਾਰਾਂ ਦੇ ਉੱਤੇ ਇਸ ਗੱਲ ਦੀ ਨਜ਼ਰ ਰੱਖੇਗੀ ਕਿ ਉਹਨਾਂ ਸਰਕਾਰਾਂ ਦੇ ਪੈਸੇ ਦੀ ਦੁਰਵਰਤੋਂ ਕਿਸੇ ਤਰੀਕੇ ਅੱਤਵਾਦੀਆਂ ਨੂੰ ਫੰਡਿੰਗ ਕਰਨ ਵਾਸਤੇ, ਉਹਨਾਂ ਨੂੰ ਮਦਦ ਦੇਣ ਵਾਸਤੇ ਤਾਂ ਨਹੀਂ ਹੋ ਰਹੀ ਜੀ। ਉਹਨਾਂ ਕਈ ਮੌਕਿਆਂ 'ਤੇ ਚੈੱਕ ਕੀਤਾ ਕਿ ਵੱਖ ਵੱਖ ਦੇਸ਼ਾਂ ਤੋਂ ਗ੍ਰਾਂਟਾਂ ਆਈਆਂ, ਉਹ ਗ੍ਰਾਂਟਾਂ ਜਹਾਦ ਦੇ ਨਾਂ 'ਤੇ, ਜੰਮੂ ਕਸ਼ਮੀਰ ਜੋ ਕੁਛ ਹੁੰਦਾ ਪਿਆ ਜੀ ਹੈਗੀ ਤਾਂ ਦਹਿਸ਼ਤਗਰਦੀ ਆ, ਪਾਕਿਸਤਾਨ ਬੰਦੇ ਭੇਜਦਾ ਇੱਥੇ ਬੰਦੇ ਮਾਰਨ ਵਾਸਤੇ ਅਤੇ ਆਪ ਮਰਨ ਵਾਸਤੇ, ਪਰ ਉਹਨੂੰ ਪਾਕਿਸਤਾਨ ਜਹਾਦ ਕਹਿੰਦਾ ਜੀ। ਆਪਣੇ ਕੋਲ ਉਹਨਾਂ ਕੋਲ ਹਾਫਿਜ਼ ਸਾਹਿਦ ਆ, ਲਸ਼ਕਰ ਤੋਇਬਾ ਜਥੇਬੰਦੀ ਹੈ, ਜੈਸ਼ੇ ਮੁਹੰਮਦ ਹੈ, ਇਹ ਜਿੰਨੇ ਨੇ ਮਸੂਦ ਅਜ਼ਹਰ ਵਗੈਰਾ ਵਗੈਰਾ, ਜ਼ਕੀਰ ਰਹਿਮਾਨ ਲਖਵੀ, ਸਲਾਹਉਦੀਨ, ਇਹਨਾਂ ਸਾਰਾ ਦਾ ਖਰਚਾ ਕੌਣ ਦਿੰਦਾ? ਬਾਹਰੋਂ ਨਹੀਂ ਆ ਰਿਹਾ, ਇਹ ਸਾਰਾ ਖਰਚਾ ਪਾਕਿਸਤਾਨ ਦੀ ਸਰਕਾਰ ਟੇਢੇ ਢੰਗ ਨਾਲ ਦੇ ਰਹੀ ਹੈ। ਉੱਥੋਂ ਪੈਸੇ ਦੇਣੇ, ਪਰ ਇਹਨਾਂ ਜਥੇਬੰਦੀਆਂ ਨੂੰ ਇਹ ਕਹਿਣਾ ਕਿ ਪੈਸੇ ਇਹ ਨਾ ਦੱਸਿਓ ਕਿੱਥੋਂ ਆਏ ਆ, ਅਤੇ ਇਹਨੂੰ ਫੰਡ ਦੇ ਤੌਰ 'ਤੇ ਇਹ ਲਿਖੋ ਕਿ ਲੋਕਾਂ ਕੋਲ ਸਾਨੂੰ ਚੰਦਾ ਮਿਲਿਆ, ਉਹ ਸ਼ੋਅ ਕਰ ਦਿਓ ਜੀ। ਇਹ ਆਪੋ ਵਿੱਚ ਜੋ ਮਰਜ਼ੀ ਕਰਦੇ ਰਹਿਣ, ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਆ ਉਹਦੇ ਵਸੀਲੇ ਹੋਰ ਹੈ ਜਿਨ੍ਹਾਂ ਤੋਂ ਅੰਦਰ ਦੀਆਂ ਗੱਲਾਂ ਉਹ ਲੱਭ ਲੈਂਦੇ ਆ ਜੀ। ਉਹਨਾਂ ਨੇ ਉਹ ਗੱਲਾਂ ਲੱਭ ਲਈਆਂ ਕਿ ਪਾਕਿਸਤਾਨ ਸਰਕਾਰ ਸਿੱਧੇ ਤੌਰ 'ਤੇ ਪੈਸਾ ਦੇਣ ਦੇ ਬਜਾਏ ਲੁਕਵੇਂ ਤੌਰ 'ਤੇ ਇਹਨਾਂ ਅੱਤਵਾਦੀ ਜਥੇਬੰਦੀਆਂ ਦੀ ਮਦਦ ਕਰ ਰਹੀ ਹੈ। ਇਸ ਵਾਰੀ ਉਹਦੀ ਮੀਟਿੰਗ ਹੋਣੀ ਸੀ ਅਤੇ ਮੀਟਿੰਗ ਦਾ ਮੌਕਾ ਉਹ ਸੀ ਜਦੋਂ ਪਾਕਿਸਤਾਨ ਦੇ ਵਿੱਚ ਸਰਕਾਰ ਕੋਈ ਨਹੀਂ ਜੀ, ਚੁਣੀ ਹੋਈ ਸਰਕਾਰ ਟੁੱਟ ਚੁੱਕੀ ਹੈ। ਉੱਥੇ ਰਿਵਾਜ਼ ਹੈ ਕਿ ਜਦੋਂ ਵੀ ਚੋਣਾਂ ਹੋਣੀਆਂ ਹੋਣ ਸਰਕਾਰ ਨੂੰ ਅਸਤੀਫਾ ਦੇਣਾ ਪੈਂਦਾ, ਉਹਦੀ ਥਾਂ 'ਤੇ ਕਾਰਜਕਾਰੀ ਪ੍ਰਧਾਨ ਮੰਤਰੀ ਅਤੇ ਉਹਦੇ ਨਾਲ ਮੰਤਰੀਆਂ ਦਾ ਪੂਰਾ ਸੈੱਟ, ਪੂਰੀ ਦੀ ਪੂਰੀ ਟੀਮ ਖੇਡਣ ਵਾਸਤੇ ਨਵੀਂ ਆ ਜਾਂਦੀ ਆ ਜੀ। ਇਸ ਵੇਲੇ ਉੱਥੇ ਕਾਰਜਕਾਰੀ ਪ੍ਰਧਾਨ ਮੰਤਰੀ ਹੈ ਜਿਹਦਾ ਕੰਮ ਸਿਰਫ ਚੋਣਾਂ ਤੱਕ ਹੈ, ਜਿੱਦਣ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਉਹਨੇ ਉੱਠ ਜਾਣਾ। ਉਹਦੇ ਨਾਲ ਮੰਤਰੀਆਂ ਦਾ ਸਾਰਾ ਸੈੱਟ ਵੀ ਇਸੇ ਕੰਮ ਵਾਸਤੇ ਹੈ। ਉੱਧਰ ਇੱਥੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਮੀਟਿੰਗ ਰੱਖ ਲਈ ਜੀ, ਉੱਧਰ ਇੱਥੇ ਚੋਣਾਂ ਚੱਲਦੀਆਂ ਪਈਆਂ, ਇਹ ਖਬਰ ਆ ਗਈ ਕਿ ਉਹਨਾਂ ਨੇ ਅੱਜ ਪਾਕਿਸਤਾਨ ਨੂੰ ਬਲੈਕ ਲਿਸਟ ਕਰ ਦੇਣਾ, ਇਹਨੂੰ ਅੱਤਵਾਦੀ ਦੇਸ਼ ਡਿਕਲੇਅਰ ਕਰ ਦੇਣਾ। ਇੱਥੋਂ ਜਿਹੜਾ ਕਾਰਜਕਾਰੀ ਖਜ਼ਾਨਾ ਮੰਤਰੀ ਹੈ ਜੀ, ਉਹ ਕਾਰਜਕਾਰੀ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਖੜ੍ਹੇ ਪੈਰੀ ਜਹਾਜ਼ ਲੈ ਕੇ ਉਚੇਚਾ ਭੱਜਿਆ ਗਿਆ। ਉੱਥੇ ਜਾ ਕੇ ਉਹਨਾਂ ਨਾਲ ਗੱਲ ਕੀਤੀ, ਤਰਲਾਮਿੰਤ ਕੀਤਾ, ਉਹਨਾਂ ਨੇ ਨਾ ਤਾਂ ਸੁੱਕਾ ਛੱਡਿਆ ਨਾ ਬਲੈਕ ਲਿਸਟ ਵਿੱਚ ਪਾਇਆ, ਇੱਕ ਗ੍ਰੇ ਲਿਸਟ ਹੁੰਦੀ ਉਹ 'ਚ ਪਾ ਦਿੱਤਾ। ਗ੍ਰੇ ਲਿਸਟ ਵਿੱਚ ਜਿਹੜਾ ਪਾਇਆ ਜਾਵੇ ਉਹਦੀ ਇੱਕ ਇੱਕ ਗੱਲ ਦੀ ਨਿਗਰਾਨੀ ਕੀਤੀ ਜਾਂਦੀ ਹੈ ਕਿ ਇਹਦੇ ਕੋਲ ਪੈਸੇ ਆਏ ਕਿੰਨੇ, ਇਹਨੇ ਦਿੱਤੇ ਕਿੱਥੇ। ਉਹ 'ਚ ਉਹਦੇ 94ਵੀਂ ਪਾਸੇ ਹੋਈ ਅਤੇ ਉਹ ਨਿਗਰਾਨੀ ਕਰਨਗੇ, ਅਤੇ ਉਹਨਾਂ ਦਾ ਬਹੁਤਾ ਜ਼ੋਰ ਇਸ ਗੱਲ 'ਤੇ ਹੈ ਕਿ 3-4 ਥਾਵਾਂ ਜਿਨ੍ਹਾਂ ਦੇ ਉੱਤੇ ਪਾਕਿਸਤਾਨ ਪੈਸਾ ਅੰਨੇ ਵਾਹ ਫੂਕ ਰਿਹਾ। ਇੱਕ ਤਾਂ ਹੱਕਾਨੀ ਨੈੱਟਵਰਕ ਹੈ ਜਿਹਦਾ ਇੱਕੋ ਨਿਸ਼ਾਨਾ ਹੈ ਕਿ ਅਸੀਂ ਅਮਰੀਕਾ ਦੇ ਖਿਲਾਫ਼ ਲੜਨਾ, ਅਤੇ ਉਸ ਹੱਕਾਨੀ ਨੈੱਟਵਰਕ ਨੂੰ ਚੱਲਦਾ ਰੱਖਣ ਵਾਸਤੇ ਸਾਰੀ ਦੀ ਸਾਰੀ ਫੰਡਿੰਗ, ਸਾਰੇ ਦਾ ਸਾਰਾ ਪੈਸਾ ਸਿਰਫ ਪਾਕਿਸਤਾਨ 'ਚੋਂ ਆਉਂਦਾ, ਬਾਹਰੋਂ ਉਹਨੂੰ ਕੋਈ ਦਵਾਨੀ ਨਹੀਂ ਆ ਰਹੀ ਜੀ। ਦੂਜੇ ਤਾਲਿਬਾਨ ਨੇ, ਤਾਲਿਬਾਨ ਨੂੰ ਸ਼ੁਰੂ ਕਰਨ ਵਾਲਾ ਅਤੇ ਅਲਕਾਇਦਾ ਨੂੰ ਸ਼ੁਰੂ ਕਰਨ ਵਾਲਾ ਉਸਾਮਾ ਬਿਨ ਲਾਦਿਨ ਸੀ। ਉਹ ਸਾਊਦੀ ਅਰਬ ਦੇ ਇੱਕ ਬਹੁਤ ਵੱਡੇ ਫਾਈਨੈਂਸ਼ੀਅਲ ਕਾਰਪੋਰੇਸ਼ਨ ਦੇ ਪਰਿਵਾਰ ਵਿੱਚੋਂ ਸੀ, 52-53 ਭੈਣ ਭਰਾਵਾਂ 'ਚੋਂ ਇੱਕ ਸੀ। ਉਹਨਾਂ ਦੀ ਇੰਨੀ ਕੁ ਜਾਇਦਾਦ ਹੈ ਅਤੇ ਇੰਨੀ ਕੁ ਆਮਦਨ ਹੈ ਕਿ ਉਹ ਸਾਰੀ ਦੁਨੀਆ ਦੇ ਵਿੱਚ ਜਿੱਥੇ ਇੱਥੇ ਉਹਨਾਂ ਦੇ ਟੱਬਰ ਤੁਰੇ ਫਿਰਦੇ ਉਹਨਾਂ ਸਾਰਿਆਂ ਦੀ ਮਦਦ ਕਰਦੇ ਆ, ਅਤੇ ਉਹ ਅਖੀਰਲੇ ਦਮ ਤੱਕ ਉਸਾਮਾ ਬਿਨ ਲਾਦਿਨ ਦੀ ਮਦਦ ਕਰਦੇ ਸੀ। ਲਾਦਿਨ ਮਰ ਗਿਆ, ਅਮਰੀਕਾ ਵਾਲਿਆਂ ਮਾਰਤਾ, ਉਹਦੇ ਤੋਂ ਬਾਅਦ ਉਹ ਪੈਸਾ ਤਾਲਿਬਾਨ ਨੂੰ ਵੀ ਆਉਂਦਾ ਅਤੇ ਅਲਕਾਇਦਾ ਨੂੰ ਵੀ ਆਉਂਦਾ, ਪਰ ਉਹਨਾਂ ਦੋਵਾਂ ਨਾਲੋਂ ਵੱਧ ਮਦਦ ਪਾਕਿਸਤਾਨ ਦੀ ਸਰਕਾਰ ਕਰਦੀ ਪਈ। ਗਦਾਫੀ ਮਾਰਤਾ ਲੀਬੀਆ 'ਚ, ਪਰ ਗਦਾਫੀ ਮਰਨ ਤੋਂ ਪਹਿਲਾਂ ਆਪਣਾ ਬਹੁਤ ਸਾਰਾ ਪੈਸਾ ਪਾਕਿਸਤਾਨ 'ਚ ਰੱਖ ਗਿਆ। ਆਹ ਗਦਾਫੀ ਸਟੇਡੀਅਮ ਵਗੈਰਾ ਇੱਥੇ ਉਦੋਂ ਦੇ ਬਣੇ ਹੋਏ ਨੇ ਜੀ। ਉਸ ਪੈਸੇ ਦੇ ਵਿੱਚੋਂ ਕੀ ਕੁਛ ਹੁੰਦਾ ਪਿਆ, ਇਹ ਸਾਰੀਆਂ ਗੱਲਾਂ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਕੋਲ ਚਲੀਆਂ ਗਈਆਂ, ਅਤੇ ਉਹਨੇ ਜਦੋਂ ਉਹਨੂੰ ਗ੍ਰੇ ਲਿਸਟ ਵਿੱਚ ਪਾਇਆ, ਇਹਦਾ ਮਤਲਬ ਇਹ ਹੈ ਕਿ ਪਾਕਿਸਤਾਨ ਨੂੰ ਅਸਲ 'ਚ ਆਖਰੀ ਮੌਕਾ ਦੇ ਦਿੱਤਾ, ਅਗਲੀ ਵਾਰੀ ਤਾਂ ਹੁਣ ਫਿਰ ਕੰਮ ਖਤਰਨਾਕ ਹੀ ਹੈ। ਸੋ ਤੁਸੀਂ ਦੇਖਿਆ ਜੀ ਕਿ ਕਿਵੇਂ ਕਹਿ ਲਓ ਕਿ ਵੀ ਇਹੋ ਜਿਹੇ ਕੰਮਾਂ ਦੇ ਵਿੱਚ ਫਸਣ ਤੋਂ ਬਾਅਦ ਹੌਲੀ ਹੌਲੀ ਪਾਕਿਸਤਾਨ ਬੈਕਫੁੱਟ 'ਤੇ ਜਾ ਰਿਹਾ। ਮੇਰਾ ਖਿਆਲ ਉੱਥੋਂ ਦੀ ਸਰਕਾਰ ਦੇ ਨਾਲ ਨਾਲ ਉੱਥੋਂ ਦੇ ਆਮ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਮੁਲਕ ਦਾ ਜਿਹੜਾ ਅਕਸ ਹੈ ਉਹ ਖਰਾਬ ਨਾ ਹੋਵੇ। ਵੇਲਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ, ਦੇਖਦੇ ਰਹਿਣਾ ਪ੍ਰਾਈਮ ਡਿਸਕਸ਼ਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਤੁਹਾਨੂੰ ਸਾਹਿਬ ਅਗਲੀ ਗੱਲ
इतिहास तुहानू फरोलना पैना क्योंकि मुल्क दे प्रधानमंत्री साहब ने कह दित्ती है। कहिंदे संत कबीर जी नूं याद करदे आ, उत्थे उन्होंने जिक्र जा कीता कि भी कबीर जी दी, गुरु नानक साहब दी ते नाल गोरखनाथ दी जिहड़ी कहिंदे कि गोष्ठी होई सीगी, इतिहास दी किहड़ी किताब उन्होंने पढ़ ली ते तुसीं इहदे बारे चानणा पाओ कि किन्ना कु सच है। इहना वोटां ते अख रख के साढ़े प्रधानमंत्री साहब इदां दीआं गल्लां कह जांदे आ जिन्हां दा कोई मतलब नहीं हुंदा जी। ਉਹ ਮਗਹਰ ਦੇ ਵਿੱਚ ਗਏ, ਮਗਹਰ ਜਿਹੜਾ ਉਹ ਭਗਤ ਕਬੀਰ ਜੀ ਦਾ ਉਹਨਾਂ ਦੇ ਪ੍ਰਚਾਰ ਦਾ ਕੇਂਦਰ ਸੀ ਜੀ। ਉੱਥੇ ਉਹਨਾਂ ਨੇ ਖੱਡੀ ਦੇ ਉੱਤੇ ਕੱਪੜਾ ਉਣਿਆ, ਜ਼ਿੰਦਗੀ ਦਾ ਲੰਮਾ ਹਿੱਸਾ ਗੁਜ਼ਾਰਿਆ। ਉੱਥੇ ਗਏ ਅਤੇ ਬੋਲਦਿਆਂ ਬੋਲਦਿਆਂ ਕਹਿ ਦਿੱਤਾ ਕਿ ਮੇਰੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੈਂ ਉਸ ਕੇਂਦਰ ਵਿੱਚ ਆਇਆ ਜਿਹੜੇ ਕੇਂਦਰ ਵਿੱਚ ਸਤਿਗੁਰੂ ਕਬੀਰ, ਕਬੀਰ ਜੀ ਨੂੰ ਕਬੀਰ ਪੰਥ ਵਾਲੇ ਲੋਕ ਸਤਿਗੁਰੂ ਕਹਿੰਦੇ ਨੇ ਜੀ। ਕਹਿੰਦੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਰਖਨਾਥ ਜੀ ਉਹਨਾਂ ਨੇ ਬਹਿ ਕੇ ਇੱਥੇ ਉੱਤੇ ਵਿਚਾਰ ਗੋਸ਼ਟੀ ਕੀਤੀ, ਆਤਮਕ ਵਿਚਾਰ ਕੀਤੇ ਜੀ, ਰੂਹਾਨੀ ਵਿਚਾਰ। ਇੱਥੇ ਬਹਿਸ ਛਿੜ ਗਈ। ਬਹਿਸ ਦਾ ਪਹਿਲਾ ਅਤੇ ਵੱਡਾ ਮੁੱਦਾ ਇਹ ਹੈ ਕਿ 15ਵੀਂ ਅਤੇ 16ਵੀਂ ਸਦੀ 'ਚ ਕਬੀਰ ਜੀ ਵੀ ਹੈਗੇ ਸਨ ਜੀ, ਗੁਰੂ ਨਾਨਕ ਸਾਹਿਬ ਵੀ ਸਨ। ਕਬੀਰ ਜੀ ਜਿਹੜੇ ਉਹ ਸ਼ਾਇਦ 1518 ਦੇ ਵਿੱਚ ਪੂਰੇ ਹੁੰਦੇ ਨੇ, ਗੁਰੂ ਨਾਨਕ ਸਾਹਿਬ 1539 ਤੱਕ ਸਨ ਜੀ। ਲਗਭਗ ਇਹ ਸਮਾਂ ਜਿਹੜਾ ਉਹਦੇ 'ਚ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਤਾਂ ਹੋ ਸਕਦੀ ਹੈ, ਪਰ ਗੁਰੂ ਗੋਰਖਨਾਥ ਤਾਂ ਇਹਦੇ ਤੋਂ 300 ਸਾਲ ਪਹਿਲਾਂ ਹੋਇਆ। ਉਹ ਦੁਬਾਰਾ ਇਹਨਾਂ ਨਾਲ ਗੋਸ਼ਟੀ ਕਰਨ ਵਾਸਤੇ ਕਿੱਥੋਂ ਆ ਗਿਆ? ਪ੍ਰਧਾਨ ਮੰਤਰੀ ਨੂੰ ਕਿਸੇ ਨੇ ਫੂਕ ਮਾਰ ਦਿੱਤੀ ਕਿ ਇੱਦਾਂ ਦੀ ਗੱਲ ਹੈਗੀ, ਚੱਲ ਛੱਡ ਦਿਓ, ਇੱਕ ਸ਼ੋਸ਼ਾ ਹੋਰ ਸੀ। ਉੱਦਾਂ ਹੀ ਆ ਜਿਵੇਂ 2014 ਦੀਆਂ ਚੋਣਾਂ 'ਚ ਬਿਹਾਰ ਵਿੱਚ ਜਾ ਕੇ ਕਹਿ ਦਿੱਤਾ ਸੀ ਬਿਹਾਰ ਦੇ ਲੋਕੋ ਤੁਸੀਂ ਤਾਂ ਬਹੁਤ ਬਹਾਦਰ ਹੈ ਜੀ, ਹੁਣ ਤਾਂ ਮੁਕਾਬਲਾ ਸਿਰਫ ਕਾਂਗਰਸ ਪਾਰਟੀ ਨਾਲ ਕਰਨਾ ਅਤੇ ਨਿਤੀਸ਼ ਕੁਮਾਰ ਨਾਲ ਕਰਨਾ, ਲਾਲੂ ਪ੍ਰਸਾਦ ਯਾਦਵ ਨਾਲ ਕਰਨਾ, ਦੁਨੀਆਂ ਨੂੰ ਜਿੱਤਣ ਵਾਸਤੇ ਤੁਰਿਆ ਸੀ ਸਿਕੰਦਰ ਬਾਦਸ਼ਾਹ, ਤੁਸੀਂ ਤਾਂ ਉਹਨੂੰ ਘੁੱਟ ਕੇ ਮੋੜਤਾ ਸੀ। ਅਤੇ ਉਹਨੂੰ ਇਹ ਪਤਾ ਹੀ ਨਹੀਂ ਕਿ ਸਿਕੰਦਰ ਬਾਦਸ਼ਾਹ ਆਹ ਜੰਡਿਆਲੇ ਗੁਰੂ ਤੋਂ ਟੱਪਿਆ ਅਤੇ ਵੈਰੋਵਾਲ ਅਤੇ ਫੱਤੂ ਢਿੰਗੇ ਦੇ ਪੱਤਣ ਤੋਂ ਬਿਆਸ ਦਰਿਆ ਤੋਂ ਘੁੱਟ ਕੇ ਪੰਜਾਬੀਆਂ ਮੋੜਿਆ ਸੀ, ਉਹਨੂੰ ਤਾਂ ਜਲੰਧਰ ਤੱਕ ਨਹੀਂ ਆਉਣ ਦਿੱਤਾ ਜੀ, ਪੰਜਾਬ ਨਹੀਂ ਉਹ ਲੰਘਿਆ ਅਤੇ ਬਿਹਾਰ ਕਿੱਦਾਂ ਪਹੁੰਚ ਗਿਆ ਇਹ ਸਿਰਫ ਨਰਿੰਦਰ ਮੋਦੀ ਜਾਣਦਾ। ਇੱਕ ਦਿਨ ਇਹਨੇ ਇਹ ਕਹਿ ਤਾ ਕਿ ਜਨਰਲ ਥਮਈਆ ਜਿਹੜਾ 1948 ਦੇ ਵਿੱਚ ਪਾਕਿਸਤਾਨ ਦੀ ਫੌਜ ਨੂੰ ਹਰਾਇਆ ਸੀ ਅਤੇ ਉਹ ਮਾਣ ਸਨਮਾਨ ਵਾਲਾ ਬੰਦਾ ਸੀ ਅਤੇ ਨਹਿਰੂ ਨੇ ਉਹਦੀ ਬੇਇੱਜ਼ਤੀ ਬਹੁਤ ਕੀਤੀ, ਜਨਰਲ ਥਮਈਆ ਉਸ ਲੜਾਈ 'ਚ ਨਹੀਂ ਸੀ। ਹੁਣ ਜਿਹੜੀ ਇੱਥੇ ਆ ਕੇ ਨੇ ਗੱਲ ਕਹਿਤੀ ਗੁਰੂ ਨਾਨਕ, ਗੁਰੂ ਗੋਰਖਨਾਥ ਅਤੇ ਭਗਤ ਕਬੀਰ ਜੀ ਦੀ ਗੱਲ ਵਾਲੀ ਜੀ, ਉਹਨਾਂ ਦੀ ਵਿਚਾਰ ਚਰਚਾ ਵਾਲੀ, ਉੱਥੇ ਲੋਕ ਸਾਰੇ ਹੱਸਦੇ ਆ ਕਿ 300 ਸਾਲ ਪਹਿਲਾਂ ਹੋਇਆ ਗੁਰੂ ਗੋਰਖਨਾਥ, ਉੱਥੇ ਵਿਚਾਰ ਗੋਸ਼ਟੀ ਕਰਨ ਉਹਨਾਂ ਨਾਲ ਕਿੱਦਾਂ ਆ ਗਿਆ ਜੀ, ਇਹਨੂੰ ਪਾਸੇ ਰੱਖ ਦਿਓ। ਦੂਜਾ ਨੁਕਤਾ ਆ ਜਾਂਦਾ ਗੁਰੂ ਨਾਨਕ ਸਾਹਿਬ ਦਾ ਅਤੇ ਭਗਤ ਕਬੀਰ ਜੀ ਦਾ ਜੀ। ਸੰਤ ਕਬੀਰ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਕਦੇ ਮਿਲੇ ਕਿ ਨਹੀਂ ਮਿਲੇ, ਇਹਦੇ ਉੱਤੇ ਮਤਭੇਦ ਆ। ਇੱਕ ਰਾਏ ਤਾਂ ਇਹ ਚੱਲਦੀ ਹੈ ਕਿ ਮਿਲੇ ਜੀ, ਇੱਕ ਚੱਲਦੀ ਹੈ ਕਿ ਨਹੀਂ ਮਿਲੇ ਨਹੀਂ। ਉੱਦਾਂ ਦੋਵੇਂ ਇੱਕੋ ਹੀ ਸ਼ਹਿਰ ਦੇ ਵਿੱਚੋਂ ਇੱਕੋ ਸਮੇਂ ਦੇ ਉੱਤੇ ਵੱਖ ਵੱਖ ਸਮਾਂ ਗੁਜ਼ਾਰ ਕੇ ਚਲੇ ਗਏ ਪਰ ਮਿਲੇ ਨਹੀਂ ਜੀ। ਜੇ ਇੱਕ ਸ਼ਹਿਰ ਵਿੱਚ ਸਨ ਮਿਲੇ ਹੋ ਵੀ ਸਕਦੇ ਆ, ਪਰ ਜਿਹੜੇ ਮਗਰ ਸ਼ਹਿਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਿਆ ਅਤੇ ਉਹਨੇ ਆਖਿਆ ਮੈਂ ਉਸ ਪਾਵਨ ਧਰਤੀ 'ਤੇ ਆਇਆ, ਉੱਥੇ ਗੁਰੂ ਨਾਨਕ ਸਾਹਿਬ ਕਦੇ ਨਹੀਂ ਗਏ। ਗੁਰੂ ਨਾਨਕ ਸਾਹਿਬ ਮੱਧ ਪ੍ਰਦੇਸ਼ ਦੇ ਅਮਰਕੰਟਕ ਗਏ ਜੀ, ਉੱਥੇ ਅਮਰਕੰਟਕ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਵੀ ਹੈ, ਮੁਕਤ ਦੁਆਰ, ਗੁਰਦੁਆਰਾ ਮੁਕਤ ਦੁਆਰ ਗੁਰੂ ਨਾਨਕ ਸਾਹਿਬ ਉੱਥੇ ਹੈਗਾ ਜੀ। ਉੱਥੇ ਕਹਿੰਦੇ ਆ ਕਿ ਭਗਤ ਕਬੀਰ ਨੂੰ ਮਿਲੇ, ਪਰ ਜਿਹੜਾ ਮਗਰ ਕੇਂਦਰ ਸੀਗਾ ਜਿੱਥੇ ਕਬੀਰ ਜੀ ਨੇ ਜ਼ਿਆਦਾ ਸਮਾਂ ਗੁਜ਼ਾਰਿਆ ਉੱਥੇ ਗੁਰੂ ਨਾਨਕ ਸਾਹਿਬ ਗਏ ਨਹੀਂ। ਇਹ ਹਿਸਟਰੀ ਜੇ ਨਹੀਂ ਪਤਾ ਸਾਡੇ ਪ੍ਰਧਾਨ ਮੰਤਰੀ ਨੂੰ ਜੀ, ਅਤੇ ਉਹਦਾ ਛੇੜਛਾੜ ਨਾ ਕਰਿਆ ਕਰੇ। ਉਹੋ ਜਿਹੇ ਕੱਚ ਘਰਡ ਬੰਦੇ ਨੇ ਰੱਖੇ ਆ, ਕੋਈ ਨਾ ਕੋਈ ਨੁਕਤੇ ਚਾਰ ਦੱਸ ਦਿੰਦੇ, ਭਾਸ਼ਣ 'ਚ ਕਹਿ ਦਿੰਦਾ, ਮੁੜ ਕੇ ਹਰ ਵਾਰੀ ਇੱਕ ਨਵਾਂ ਵਿਵਾਦ ਖੜਾ ਹੋ ਜਾਂਦਾ, ਇਹਦਾ ਕੀ ਫਾਇਦਾ ਹੁੰਦਾ? ਥੋੜ੍ਹਾ ਜਿਹਾ ਘੱਟ ਬੋਲ ਲਓ, ਸੋਚ ਕੇ ਬੋਲ ਲਓ, ਚੰਗਾ ਹੋਵੇਗਾ। ਬਿਲਕੁਲ ਸਹੀ ਆ। ਇੱਕ ਇੱਦਾਂ ਦੀ ਧਰਮ ਨਾਲ ਜੁੜੀ ਹੋਈ ਗੱਲ ਮੈਂ ਹੋਰ ਕਰਨੀ ਚਾਹੁੰਦਾ ਜੀ। ਜ਼ਿੰਬਾਬਵੇ 'ਚ ਕਹਿੰਦੇ ਇੱਕ ਪਾਦਰੀ ਸਾਹਿਬ ਆ ਅਤੇ ਉਹ $500 ਦੀਆਂ ਸਵਰਗ ਦੀਆਂ ਟਿਕਟਾਂ ਵੇਚੀ ਜਾਂਦੇ ਸੀ ਅਤੇ ਨਾਲੇ ਕਹਿੰਦੇ ਰਾਹ ਰਸਤਾ ਵੀ ਦੱਸੀ ਜਾਂਦੇ, ਉਹ ਗੱਲ ਸੱਚੀ ਹੈ ਜੀ? ਕੀ ਚੱਕਰ ਉਹ? ਗਰੀਬੀ ਤੋਂ ਵੱਡਾ ਪਾਪ ਕੋਈ ਨਹੀਂ। ਲੋਕ ਇਹ ਤੋਂ ਛੁਟਕਾਰਾ ਪਾਲਣ ਵਾਸਤੇ ਸਾਧਾਂ ਸੰਤਾਂ ਕੋਲ, ਟੂਣੇ ਟਾਮਣੇ ਵਾਲਿਆਂ ਕੋਲ, ਟਕੇ ਟਕੇ ਦੇ ਬੰਦਿਆਂ ਕੋਲ ਵੀ ਜਾਂਦੇ ਆ ਜੀ।
ਅੱਜ ਜਿਹੜੇ ਸੱਚੇ ਸੌਦੇ ਵਾਲਿਆਂ ਦੇ ਮਗਰ ਗਏ, ਇਹਨਾਂ 'ਚੋਂ 90% ਉਹ ਲੋਕ ਹੈ ਜਿਹੜੇ ਜਾਂ ਗਰੀਬੀ ਤੋਂ ਤੰਗ ਨੇ ਜਾਂ ਜਾਤ ਪਾਤ ਦੇ ਕੋੜ ਤੋਂ ਤੰਗ ਹੈ ਜੀ। ਮਿਹਨਤ ਕਰਕੇ ਰੋਟੀ ਖਾਂਦੇ ਆ, ਪਰ ਪਿੰਡ 'ਚ ਉਹਨਾਂ ਨੂੰ ਬੰਦਿਆਂ ਦੇ ਬਰਾਬਰ ਬੰਦਾ ਨਹੀਂ ਸਮਝਿਆ ਜਾਂਦਾ। ਉਹਨੇ ਆਖਿਆ ਤੁਸੀਂ ਸਾਨੂੰ ਨਹੀਂ ਸਮਝਦੇ, ਅਸੀਂ ਉਹ ਬਾਬੇ ਕੋਲ ਚੱਲ ਜਾਂਦੇ ਹਾਂ ਜਿੱਥੇ ਸਾਰੇ ਅਸੀਂ ਹੋਵਾਂਗੇ, ਸਾਨੂੰ ਕੋਈ ਇਹ ਤਾਂ ਨਾ ਆਖੂਗਾ ਕਿ ਤੂੰ ਨੀਵੀਂ ਜਾਤ ਦਾ। ਬਿਲਕੁਲ, ਉਹ ਤਾਂ ਤੰਗ ਗਿਆ ਸੀ ਅਤੇ ਸਾਧ ਇਹਨਾਂ ਨੂੰ ਰਖਾ ਗਿਆ। ਆਸਾ ਰਾਮ ਨੇ ਕੀ ਕੀਤਾ? ਇੱਦਾਂ ਹੀ ਲੋਕਾਂ ਦੀ ਗਰੀਬੀ ਦਾ ਫਾਇਦਾ ਲਿਆ। ਇਹ ਬਾਕੀ ਸਾਰੇ ਵੀ ਇਹ ਕੁਝ ਕਰਦੇ ਪਏ। ਹੁਣ ਉਹ ਜ਼ਿੰਬਾਬਵੇ ਦੇ ਇੱਕ ਪਾਦਰੀ ਉੱਠ ਪਿਆ, ਮਿਸਟਰ ਟੂਟੂ। ਉਹ ਕਹਿੰਦਾ ਜੀ ਮੈਨੂੰ ਤਾਂ ਈਸਾ ਦਾ ਆਸ਼ੀਰਵਾਦ ਹੈ, ਕ੍ਰਿਸਚਨ ਧਰਮ ਦੇ ਵਿੱਚ ਈਸਾ ਤੋਂ ਵੱਡਾ ਤਾਂ ਹੈ ਹੀ ਕੋਈ ਨਹੀਂ ਜੀ। ਉਹ ਕਹਿੰਦਾ ਮੈਨੂੰ ਈਸਾ ਦਾ ਆਸ਼ੀਰਵਾਦ ਹੈ ਅਤੇ ਉਹਨੇ ਆਖਿਆ ਕਿ ਜਿਨ੍ਹਾਂ ਬੰਦਿਆਂ ਨੂੰ ਤੂੰ ਟਿਕਟਾਂ ਦੇਵੇਂਗਾ ਉਹਨਾਂ ਸਿੱਧਾ ਹੀ ਉਹਨਾਂ ਦੇ ਸਾਰੇ ਪਾਪ ਕੱਟੇ ਜਾਣਗੇ ਅਤੇ ਸਵਰਗ 'ਚ ਉਹਨਾਂ ਨੂੰ ਥਾਂ ਮਿਲੇਗੀ, ਸਵਰਗ 'ਚ ਥਾਂ ਮਿਲੇਗੀ। ਉਹ $500 ਦਿੰਦਾ, ਉਹਦੇ ਮੁਕਾਬਲੇ ਬਕਾਇਦਾ ਫਿਰ ਟਿਕਟ ਦਿੰਦਾ। ਔਰ ਟਿਕਟ ਜਿਹੜੀ ਹੈ ਇਸ ਤਰ੍ਹਾਂ ਜਾਪਦਾ ਜਿਵੇਂ ਗੋਲਡਨ ਕਲਰ ਦੇ ਨਾਲ, ਮਤਲਬ ਪੇਂਟ ਕਰਕੇ ਟਿਕਟਾਂ ਉਹਨੇ ਰੱਖੀਆਂ ਜੀ, ਉਹਨਾਂ 'ਚੋਂ ਇੱਕ ਇੱਕ ਟਿਕਟ ਦੇ ਰਿਹਾ। ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਇੰਨੇ 1000 ਟਿਕਟਾਂ ਵੇਚ ਗਿਆ $500 ਦੀਆਂ, ਅਤੇ ਇਹ ਤਾਂ ਠੱਗੀ ਚੱਲ ਰਹੀ ਹੈ। ਪੁਲਿਸ ਨੇ ਪੁਣ ਛਾਣ ਕਰ ਲਈ ਅਤੇ ਉਹਨੂੰ ਗ੍ਰਿਫਤਾਰ ਕਰ ਲਿਆ। ਅੰਧੀ ਰਈਅਤ ਗਿਆਨ ਵੀ ਹੋਣੀ ਵਾਲੀ ਗੱਲ ਹੈ, ਪਬਲਿਕ ਜਿਹੜੀ ਉਹ ਅੰਨੀ ਹੈ ਜੀ। ਆਸਾ ਰਾਮ ਫੜਿਆ ਗਿਆ ਤਾਂ ਕਿੰਨੇ ਲੋਕ ਭੜਕੇ ਸਨ, ਸੰਤ ਰਾਮਪਾਲ ਫੜਿਆ ਗਿਆ ਕਹਿਣ ਨੂੰ ਸੰਤ ਹੈ, ਅਦਰਵਾਈਜ਼ ਤਾਂ ਕੀ ਸੀ ਉਹ ਜੀ, ਵੱਡਾ ਪਖੰਡੀ ਸੀ, ਉੱਪਰ ਛੱਤ 'ਤੇ ਬਹਿ ਕੇ ਦੁੱਧ ਦੀਆਂ ਗਾਗਰਾਂ ਨਾਲ ਨਹਾਉਂਦਾ ਸੀ, ਅਤੇ ਜਿਹੜਾ ਗੰਦਾ ਕੀਤਾ ਦੁੱਧ ਸੀ ਉਹਦੀ ਖੀਰ ਬਣਾ ਕੇ ਅਤੇ ਪ੍ਰਸ਼ਾਦ ਦੇ ਤੌਰ 'ਤੇ ਆਪਣੇ ਚੇਲਿਆਂ ਨੂੰ ਵਰਤਾਉਂਦਾ ਸੀ। ਅਤੇ ਜਦੋਂ ਉਹਨੂੰ ਫੜਨ ਲੱਗੇ ਤਾਂ ਉਦੋਂ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਆ ਗਏ, ਅਤੇ ਜਿੱਦਣ ਸੱਚੇ ਸੌਦੇ ਵਾਲੇ ਦਾ ਪਾਪ ਜ਼ਾਹਰ ਹੋਏ ਜੀ, ਅਤੇ ਪੰਚਕੂਲੇ ਦੀ ਅਦਾਲਤ ਨੇ ਆਖਿਆ ਉਹਨੂੰ ਫੜ ਕੇ ਲੈ ਜਾਓ ਅੰਦਰ, ਦੋਸ਼ੀ ਆ ਅਤੇ ਸਜ਼ਾ ਦਾ ਫੈਸਲਾ 3 ਦਿਨ ਬਾਅਦ ਕਰਾਂਗੇ ਕਿੰਨੀ ਦੇਣੀ ਆ। ਅਤੇ ਲੱਖਾਂ ਦੀ ਗਿਣਤੀ 'ਚ ਲੋਕ ਉੱਥੇ ਪੰਚਕੂਲੇ ਵੀ ਪਹੁੰਚ ਗਏ ਸਨ ਜੀ। 24 ਘੰਟਿਆਂ ਦੇ ਅੰਦਰ 42 ਮੌਤਾਂ ਹੋ ਗਈਆਂ ਸਨ। ਇਹ ਜ਼ਿੰਬਾਬਵੇ ਦਾ 500 ਦੀਆਂ ਟਿਕਟਾਂ ਵੇਚਣ ਵਾਲਾ ਬੰਦਾ ਜਿਹੜਾ ਇਹ ਫੜਿਆ ਗਿਆ, ਇਹਦੇ ਮਗਰ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਮੁਜ਼ਾਹਰਾ ਕੀਤਾ ਕਿ ਤਾਂ ਬਹੁਤ ਵੱਡਾ ਪੂਰਨ ਸੰਤ ਹੈ, ਲੋਕਾਂ ਨੂੰ ਸਵਰਗ ਦਾ ਰਸਤਾ ਦੱਸਦਾ, ਇਕੱਲੀਆਂ ਟਿਕਟਾਂ ਨਹੀਂ ਦਿੰਦਾ ਰਸਤਾ ਵੀ ਦੱਸਦਾ ਜੀ। ਔਰ ਇਹ ਵੀ ਕਹਿੰਦਾ ਉੱਥੇ ਜਾ ਕੇ ਟਿਕਟ ਕਿੱਦਾਂ ਵਰਤਣੀ ਆ। ਔਰ ਪੁਲਿਸ ਨੂੰ ਵੀ ਉਹਨੇ ਬਿਆਨ ਦਿੱਤਾ, ਕਹਿੰਦਾ ਮੈਂ ਟਿਕਟਾਂ ਥੋੜ੍ਹਾ ਵੇਚਦਾ, ਮੈਨੂੰ ਈਸਾ ਨੇ ਆਖਿਆ ਕਿ ਤੂੰ ਆਹ ਕੰਮ ਕਰ। ਇੱਥੋਂ ਪਰੇ ਤੁਸੀਂ ਕੀ ਕਰ ਲਓਗੇ? ਇਹਦਾ ਮਤਲਬ ਕਿ ਦੁਨੀਆਂ 'ਚ ਮੂਰਖਾਂ ਦੀ ਕਮੀ ਕੋਈ ਨਹੀਂ, ਬਣਾਉਣ ਵਾਲਾ ਚਾਹੀਦਾ ਜੇ ਬਣਾ ਸਕਦਾ ਹੋਵੇ, ਅਤੇ ਭਾਵੇਂ ਭਸਮ ਦੀਆਂ ਚੁਟਕੀਆਂ ਹੀ ਸੋਨੇ ਦਾ ਪਾਊਡਰ ਆ ਕੇ ਵੇਚੀ ਜਾਵੇ, ਇੱਦਾਂ ਹੀ ਇਹ ਸਾਧਾਂ ਦਾ ਕੰਮ ਸਾਰੀ ਦੁਨੀਆਂ ਚੱਲੀ ਜਾਂਦਾ, ਜਿੱਥੇ ਜਿੱਥੇ ਚੱਲਦਾ ਚਲਾਈ ਜਾਂਦੇ ਨੇ। ਬਿਲਕੁਲ ਸਹੀ, ਮਨੂੰ ਸਾਹਿਬ ਤੁਸੀਂ ਸਮਾਂ ਕੱਢਿਆ ਅਤੇ ਵਧੀਆ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਮੈਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਜੇਕਰ ਅਜੇ ਤੱਕ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਨਹੀਂ ਬਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤਾਂ ਜ਼ਰੂਰ ਕਰ ਲੈਣਾ ਯੂਟਿਊਬ ਦੇ ਉੱਪਰ। ਫਿਲਹਾਲ ਦਿਓ ਇਜਾਜ਼ਤ ਗੁਰਪ੍ਰੀਤ ਸੰਧਾ ਵਾਲੀਆਂ ਨੂੰ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।